ਛੋਟਾ ਢਾਂਚਾ ਸ਼ੈੱਡ ਦਾ ਹੈ ਖੁੰਬਾ ਤਿਆਰ ਕਰਨ ਲਈ ਹੈ ਨਾ ਉਹਦੇ ਉਹ ਸੈਂਪਲ ਪਾਈ ਹੋਈ ਹੈ ਨਾ ਇੱਧਰ ਚੀਜ਼ਾਂ ਹੈ ਨਾ ਪੀਨਟ ਬਟਰ ਬਣ ਗਿਆ ਬਣਾਉਣ ਲਈ ਜੇ ਨਹੀਂ ਦਬਾਏ ਉਹਦੇ ਵਿੱਚ ਛੁੱਟੀ ਹੈ ਪਤੰਗਾਂ ਵਾਲੀ ਦੁਬਾਰਾ ਬੱਚੇ ਦੇ ਪਤੰਗਾਂ ਬਣ ਕੇ ਫਿਰ ਉਹਨੇ ਅੰਡੇ ਦੇਣ ਲੱਗ ਪਾ ਤੁਹਾਡਾ ਸਪਰੇਅ ਕਰਨ ਦਾ ਵੀ ਚਾਹੇ ਕੀ ਫਾਇਦਾ ਜਿਹੜਾ ਸਫਾਈ ਉਸ ਤੋਂ ਬਾਅਦ ਟਕਰਾ ਭਾਜੀ ਇਹ ਤੁਸੀਂ ਨਾ ਅੱਗੇ ਜਾਓਗੇ ਸੁੱਕਾ ਬਾਗਬਾਨੀ ਵਿਭਾਗ ਦਾ ਸਟਾਲ ਲੱਗਾ ਹੋਇਆ ਸਾਡੇ ਵੀ ਕਿਹ ਤੁਹਾਡਾ ਯੂਨੀਵਰਸਿਟੀ ਸੈਂਟਰ ਦੇ ਬਰਨਾਲੇ ਹੈਗੇ ਨੇ ਵਾਤਾਵਰਨ ਦੇ ਲਈ ਉਹ ਨੁਕਸਾਨਦਾਇਕ ਚੀਜ਼ਾਂ ਨਹੀਂ ਹੈਗੀਆਂ ਅਤੇ ਉਹ ਸਭ ਕੁਛ ਨਾ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਣੀਆਂ ਇਹਨਾਂ ਨੇ ਪਰਾਲੀ ਤੋਂ ਸਾਡੇ ਕੋਲ 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 ਸਾਡੇ ਕੋਲ
ਕੱਢ ਕੇ ਭਾਜੀ ਡੀਜ਼ਲ ਮਾਸਟਰ
देखो जी आ जिहड़े विच पए ने डब्बे जे आ दो शीशे वाला सोलर कुकर बड़े आकार का सूरजी सुभावा उही है ना बिच की रखना है मुर्गियां ना ना बिच जिहड़ा आपां सुकाउणा कुछ भी मक्की सुकाउण वाली मशीन मक्की सुकाउण वाली आ देखो आ सारा कुछ इत्थे दस्या होया पॉज करके आपे पढ़ के देख लियो डस्ट कलैक्टर एयर बॉल ब्लोअर हॉट एयर डीजल बर्नर
ਲੋਡਿੰਗ ਇੱਧਰੋਂ ਲੋਡ ਹੋਣੀ ਆ ਮਤਲਬ ਹੈ ਕਨਵੇਅਰ ਫਿਰ ਸ਼ਹਿਰ ਵਿੱਚ ਨਵੀਂ ਘਟਾਉਣ ਅਤੇ ਛਾਣਨ ਵਾਲੀ ਮਸ਼ੀਨ ਜਲਦੀ ਧੋਣ ਅਤੇ ਪਾਲਿਸ਼ ਕਰਨ ਵਾਲੀ ਮਸ਼ੀਨ ਪਾਣੀ ਅਤੇ ਭੋਜਨ ਪਰਖਣ ਦੀਆਂ ਕਿੱਟਾਂ ਲਈ ਇਹ ਬਾਇਓਲੋਜੀਕਲ ਵਾਟਰ ਟੈਸਟਿੰਗ ਕਿੱਟ ਖੁੰਬਾ ਟੱਕੀਆ ਗੁੱਡਾ ਵਾਲਾ ਚੂਹਾ ਫੜੀ ਬੈਠੇ ਨੇ ਇਹ ਆਹ ਝਾੜੀਆ ਦਾ ਚੂਹਾ ਜੀ ਖੇਤਾਂ ਦੀ ਚੂਹੀ ਉਹ ਸੁੱਤੀ ਪਈ ਆ ਠੰਡ ਵਗਦੀ ਆ ਹੁਣ ਭੂਰਾ ਚੂਹਾ ਇਹ ਵੀ ਸੁੱਤਾ ਪਿਆ ਆਪਣੇ ਘਰ ਵਾਲਾ ਨਰਮ ਚਮੜੀ ਵਾਲਾ ਚੂਹਾ ਜੀ ਢਾਂਚਾ ਯੋਗ ਬਣਾਉਣਾ ਢਾਈ ਫੁੱਟ ਉੱਚਾ ਜਾਕੇ ਕਹਿੰਦੇ ਆ ਸੋਚਿਆ ਗਿਆ ਢਾਂਚਾ ਬਿਲਕੁਲ ਸਹੀ ਪਿਆ ਆਮ ਢਾਂਚਾ ਦੇਖੇ ਵੱਡੇ ਉੱਲੂ ਲਈ ਬਣਾਵਟੀ ਆਲਣਾ ਪਸ਼ੂ ਪਾਲਣ ਵਿਭਾਗ ਹੈ ਆਹੋ ਪਸ਼ੂ ਪਾਲਣ ਵਿਭਾਗ ਵਾਲੇ ਇੱਧਰ ਇੱਧਰ ਬਿਆਨ ਸਖ਼ਤ ਹੋ ਰਹੇ ਨੇ ਹੋਰ ਕੀ ਹੁਣ ਬਿਆਨ ਸਖ਼ਤ ਲਓ ਬਿਆਨ ਸਖ਼ਤ ਨੇ ਵੀ ਡੰਗਰ ਆ ਹੋਰ ਕੀ ਕਰਨਾ ਆਪਾਂ ਨੇ ਇਹ ਸਟਰਗਲ ਚੱਲ ਰਹੀ ਆ ਇਹ ਪੂਰਾ ਤਕੜਾ ਬਲੌਗਰ ਆ ਦੇਖੋ ਬਲੌਗ ਇੱਕਣ ਬਣਦਾ ਇਹ ਵੀ ਤੁਹਾਨੂੰ ਵਿੱਚ ਉਹ ਦੇ ਦਿੰਦੇ ਆ ਟਿਪਸ ਟਿਪਸ ਇੱਧਰ ਟਿਪਸ ਵਰਤਦੇ ਹੋਏ ਸਿੱਖ ਗਏ ਆਹ ਦੇਖੋ ਲਾਈਵ ਡੈਮੋ ਵੀ ਦਿਖਾ ਦੀ ਤੁਹਾਨੂੰ ਆਪਾਂ ਪਸ਼ੂ ਪਾਲਣ ਵਾਲੀ ਸ਼ਾਇਦ ਉਹਨਾਂ ਨੇ ਸਾਰਾ ਡੈਰੀ ਆ ਇੱਧਰ ਉਹ ਆਜੋ ਦਿਖਾਉਣੇ ਕੀ ਆ ਜਾਣਕਾਰੀ ਦਿਓ ਭਾਜੀ ਜਾਣਕਾਰੀ ਆ ਆ ਛੋਟੀ ਆ ਭਾਜੀ ਵੀ ਮਤਲਬ ਜਿਹਦਾ ਘੱਟ ਉਹ ਆ ਹੈ ਜਿਵੇਂ ਉਹ ਬੜੀ ਆ ਉਹ ਫਿਰ ਉਹਦੀ ਫਿਟਿੰਗ ਫੁਟਿੰਗ ਇੱਕਣੇ ਬਸ ਉਹੀ ਹੋਈ ਆ ਉਹੀ ਇੱਥੇ ਰੋੜ ਕੇ ਕੋਲ ਲੈ ਕੇ ਜਾਣੀ ਆ ਟਾਇਰ ਲੱਗੇ ਹੋਏ ਨੇ ਟਾਇਰ ਲੱਗੇ ਹੋਏ ਨੇ ਪੱਖਾ ਏਡਾ ਬੜਾ ਨਹੀਂ ਨਹੀਂ ਉਹ ਦੇਖੋ 36,500 ਇਹ ਡੰਗਰਾਂ ਲਈ ਹੋ ਆ ਮੱਝਾਂ ਲਈ ਕਿੱਦਾਂ ਇੱਕ ਹਸਪਾਵਰ ਆ ਜੀ ਡੇਢ ਹਸਪਾਵਰ ਆ ਜੀ ਸਿੰਗਲ ਫੇਸ
3600 एक एच छोटा मॉडल आता एक एच पी आएगा आपको 3200 का जी तो 10 इंची छोटा होगा बंदा कराई ये 53 इंची है जी वो 48 इंची होगा जी ठीक है
ਦਾ ਨਸਲ ਦੀ ਮੱਝ ਹੈ ਜੀ, ਇੱਕ ਸੂਏ ਦਾ ਦੁੱਧ 4,815 ਕਿਲੋ, ਇੱਕ ਦਿਨ ਦਾ ਵੱਧ ਤੋਂ ਵੱਧ ਦੁੱਧ ਇੱਕ ਸੂਏ ਦਾ 4,815, ਇੱਕ ਦਿਨ ਦਾ ਵੱਧ ਤੋਂ ਵੱਧ 28.7 ਕਿਲੋ, 300 ਦਿਨਾਂ ਦਾ ਔਸਤ ਪ੍ਰਤੀ ਦੁੱਧ 16 ਕਿਲੋ, ਆਹ ਦੇਖ ਨੀਲੀ ਰਾਵੀ ਨਸਲ ਦਾ ਝੋਟਾ ਜੀ, ਮਾਂ ਦੇ ਸੂਏ ਦਾ ਦੁੱਧ 4,247 ਕਿਲੋ ਆਹ ਬੈਠਾ ਜੀ, ਨੀਲੀ ਰਾਵੀ ਨਸਲ ਦਾ ਆਹ ਨੀਲੀ ਰਾਵੀ ਨਸਲ ਦੀ ਮੱਝ ਹੈ ਜੀ, ਇੱਕ ਦਿਨ ਦਾ ਵੱਧ ਤੋਂ ਵੱਧ ਦੁੱਧ 18.7 ਲਗਭਗ 18 ਕਿਲੋ, ਦੋਗਲਾ ਸਾਨ ਮਾਂ ਦੇ ਸੂਬੇ ਦਾ ਦੁੱਧ 9,700 ਕਿਲੋ, ਦਲਜੀਤ ਸਿੰਘ ਸਦਰਪੁਰਾ ਸਭ ਤੋਂ ਫਾਰਮ ਆ, ਦੋਗਲੀ ਨਸਲ ਦੀ ਗਾਂ ਇੱਕ ਦਿਨ ਦਾ ਵੱਧ ਤੋਂ ਵੱਧ ਦੁੱਧ 45 ਕਿਲੋ, ਸਾਹੀਵਾਲ ਨਸਲ ਦਾ ਸਾਨ ਹੈ ਮਾਂ ਦੇ ਸੂਬੇ ਦਾ ਦੁੱਧ 5,500 ਕਿਲੋ, ਆਹ ਖੜਾ ਜੀ ਸੁਧਰੀ ਨਸਲ ਦੀ ਬੱਕਰੀ ਇੱਕ ਦਿਨ ਦਾ ਵੱਧ ਤੋਂ ਵੱਧ ਦੁੱਧ 5 ਕਿਲੋ, ਆਰਾ ਪਟੇਲ ਬਾਰਾ ਦੇਸੀ ਗੋਰੀ ਵਾਲਟ ਮਾਡਲ ਦੇਖ ਨਾ ਸਹੀ ਆ, ਇਹ ਆਉਂਦੇ ਆ ਸਹੀ ਗੱਲ।